ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖੀਆ ਐਮਪਲਗਡ ਉਤੇ ਅੱਜ ਦੀਸ ਵੀਡੀਓ ਰਿਪੋਰਟ ਵਿੱਚ ਗੱਲ ਇੱਕ ਵਾਰ ਫੇਰ ਹੋਏਗੀ ਗੈਂਗਸਟਰ ਲੋਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿੱਚੋਂ ਬੈਠ ਕੇ ਦਿੱਤੀਆਂ ਜਾ ਰਹੀਆਂ ਇੰਟਰਵਿਊਜ਼ ਸਿਸਟਮ ਉੱਤੇ ਸਵਾਲ ਖੜੇ ਕਰ ਦੇਣ ਵਾਲੀਆਂ ਉਹ ਇੰਟਰਵਿਊਜ਼ ਦੋ ਬੈਕ ਟੂ ਬੈਕ ਤਿੰਨ ਦਿਨਾਂ ਦੇ ਵਿੱਚ ਉਸ ਦੀਆਂ ਇੰਟਰਵਿਊਜ਼ ਆndੀਆਂ ਨੇ এবੀਪੀ ਨਿਊਜ਼ ਦੇ ਨਾਲ ਗੱਲਬਾਤ ਦੇ ਵਿੱਚ ਲੋਰੈਂਸ ਬਿਸ਼ਨੋਈ ਦੋ ਅਲੱਗ-ਅਲੱਗ ਸੈਟਿੰਗਸ ਦੇ ਵਿੱਚ ਦੋ ਅਲੱਗ-ਅਲੱਗ ਇੰਟਰਵਿਊ ਕਿਉਂਕਿ ਸ਼ਾਇਦ ਦੋ ਅਲੱਗ-ਅਲੱਗ ਜੇਲਾਂ ਵਿੱਚੋਂ ਕ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਿਆਸੀ ਵਿਵਾਦ ਵੀ ਇਸ ਮੁੱਦੇ ਨੂੰ ਲੈ ਕੇ ਖੜਾ ਹੋ ਚੁੱਕਾ ਹੈ ਲੋਰੈਂਸ ਬਿਸ਼ਨੋਈ ਦੀ ਇਹਨਾਂ ਇੰਟਰਵਿਊਜ਼ ਉੱਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਸਟੈਂਡ ਸਪਸ਼ਟ ਕੀਤਾ ਦਾਵਾ ਕੀਤਾ ਸੀ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਇਆ ਹੈ ਪਠੰਡੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਨਹੀਂ ਹੋਇਆ ਹੈ ਜਿਸ ਚੀਜ਼ ਦਾ ਕਲੇਮ ਕੀਤਾ ਜਾ ਰਿਹਾ ਸੀ ਲੇਕਿਨ ਜਿਹੜੀਆਂ ਤਸਵੀਰਾਂ ਗੌਰਵ ਯਾਦਵ ਆਪਣੀ ਪ੍ਰੈਸ ਕਾਨਫਰੰਸ ਵਿੱਚ ਦਿਖਾਉਂਦੇ ਨੇ हेयरकट ਦੀ ਗੱਲ ਕਰਦੇ ਨੇ ਲਾਰਸ ਮਿਸ਼ਰੂ ਦੇ ਹੁਲੀਏ ਦੀ ਗੱਲ ਕਰਦੇ ਨੇ ਉਸ ਦੀ ਵेशभूषा ਦੀ ਗੱਲ ਕਰਦੇ ਨੇ ਉਸੇ ਵेशभूषा ਤੇ ਉਸੇ ਹੁਲੀਏ ਦੇ ਵਿੱਚ ਉਸ ਦਾ ਇੱਕ ਨਵਾਂ ਜਿਹੜਾ ਇੰਟਰਵਿਊ ਹੈ ਜੋ ਕਿ ਐਕਚੁਅਲ ਦੇ ਵਿੱਚ ਕਿਸੇ ਜੇਲ੍ਹ ਦੇ ਸੈੱਲ ਵਿੱਚ ਰੀਅਲ ਟਾਈਮ ਦੇ ਵਿੱਚ ਕੀਤਾ ਗਿਆ ਇੰਟਰਵਿਊ ਹੈ ਉਸ ਨੂੰ ਪ੍ਰਸਾਰਿਤ ਹੁੰਦਾ ਹੋਇਆ ਆਪਾਂ ਵੇਖਿਆ ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਕੁਝ ਦਿਨ ਪਹਿਲਾਂ ਹੀ ਬੈਕ ਟੂ ਬੈਕ ਇਹਨਾਂ ਇੰਟਰਵਿਊਜ਼ ਦਾ ਆਣਾ ਪੰਜਾਬ ਸਿਸਟਮ ਦੇ ਉੱਤੇ ਹੀ ਨਹੀਂ ਬਲਕਿ ਸਾਡੀ ਪੂਰੀ ਦੀ ਪੂਰੀ ਕੌਮੀ ਵਿਵਸਥਾ ਜੇਲ੍ਹਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਉੱਤੇ ਇੱਕ ਬਹੁਤ ਵੱਡਾ ਸਵਾਲ ਨਹੀਂ ਹੈ ਬਹੁਤ ਵੱਡੀ ਚਪੇੜ ਹੈ ਪੰਜਾਬ ਪੁਲਿਸ NIA ਤੇ तमाम ઓ એન્ફોર્ਸમેન્ટ এজেন্সੀਆਂ ਜੋ ਕਿ ਬੀਤੇ ਕਈ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਅਜਿਹੀ ਨੂਰਾ ਕੁਸ਼ਤੀ ਵਿੱਚ ਲੱਗੀਆਂ ਹੋਈਆਂ ਨੇ ਸੈਂਕੜਾ ਸੈਂਕੜਾ ਹਜ਼ਾਰਾਂ ਹਜ਼ਾਰਾਂ ਛਾਪੇ ਮਾਰੀਆਂ ਇਹਨਾਂ ਗੈਂਗਸਟਰਾਂ ਦੇ ਨਾਂ ਉੱਤੇ ਹੋ ਰਹੀਆਂ ਨੇ ਉਹਨਾਂ ਦੀ ਉਹਨਾਂ ਪੂਰੀ ਦੀ ਪੂਰੀ ਕੋਸ਼ਿਸ਼ਾਂ ਦੇ ਕੀ ਸਿੱਟੇ ਨੇ ਉਹ ਅੱਜ ਤੁਹਾਡੇ ਸਾਹਮਣੇ ਹੈ ਜੇਲ੍ਹਾਂ ਵਿੱਚੋਂ ਬੈਠ ਕੇ ਲਾਰੈਂਸ ਬਿਸ਼ਨੋਈ ਢੜਲੇ ਦੇ ਨਾਲ ਇੰਟਰਵਿਊ ਦੇ ਰਿਹਾ ਹੈ ਗੌਰਵ ਯਾਦਵ ਪੰਜਾਬ ਦੇ ਡੀਜੀਪੀ ਨੇ ਆਪਣਾ ਪੱਲਾ ਚਾੜਨ ਦੀ ਕੋਸ਼ਿਸ਼ ਕੀਤੀ ਲੇਕਿਨ ਦੂਸਰੇ ਇੰਟਰਵਿਊ ਆਣ ਤੋਂ ਬਾਅਦ इवन ਪਹਿਲੇ ਇੰਟਰਵਿਊ ਆਣ ਤੋਂ ਬਾਅਦ ਵੀ ਸਵਾਲ ਇਹੀ ਸੀ ਕਿ ਪੰਜਾਬ ਪੁਲਿਸ ਕਰ ਕੀ ਰਹੀ ਹੈ ਦੇਸ਼ ਦੀਆਂ ਇਨਫੋਰਸਮੈਂਟ ਏਜੰਸੀਆਂ ਕਰਦੀਆਂ ਕੀ ਪਈਆਂ ਨੇ ਤੇ ਸਵਾਲ ਸਿੱਧੇ ਤੇ ਸਿੱਧੇ ਪੰਜਾਬ ਪੁਲਿਸ ਤੇ NIA ਨੂੰ ਹੈ ਪਿਛਲੇ ਤਕਰੀਬਨ 6-7 ਮਹੀਨਿਆਂ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਤੇ ਉੱਤਰ ਭਾਰਤ ਦੇ ਤਕਰੀਬਨ 8 ਰਾਜਾਂ ਦੇ ਵਿੱਚ 8 ਸੂਬਿਆਂ ਦੇ ਵਿੱਚ ਲਗਭਗ ਲਗਭਗ 100 ਤੋਂ ਵੱਧ ਛਾਪੇ ਮਾਰੀਆਂ ਕੀਤੀਆਂ ਨੇ 150 ਦੇ ਆਸ-ਪਾਸ ਛਾਪੇ ਮਾਰੇ ਗਏ ਨੇ NIA ਵੱਲੋਂ ਇਨਰ ਹਿੰਗ ਐਕਸਟਰਾ ਲਾਰੈਂਸ ਬਿਸ਼ਨੋਈ ਤੇ ਉਹਦੇ ਵਿਰੋਧੀ ਗੈਂਗ ਦੇ ਖਿਲਾਫ ਅਲੱਗ-ਅਲੱਗ ਜਿਹੜੇ ਐਫਆਈਆਰਾਂ ਪਹਿਲਾਂ ਦਿੱਲੀ ਪੁਲਿਸ ਨੇ ਦਰਜ ਕੀਤੀਆਂ ਐਨਆਈ ਨੇ ਉਹ ਮਾਮਲੇ ਟੇਕਓਵਰ ਕੀਤੇ ਤੇ ਉਸ ਤੋਂ ਬਾਅਦ ਤਰ ਪਕੜ ਤੇ ਛਾਪੇਮਾਰੀ ਦਾ ਇੱਕ ਬਹੁਤ ਲੰਬਾ ਚੌੜਾ ਪ੍ਰੋਗਰਾਮ ਇੰਟਰਮੀਟੈਂਟਲੀ ਛਾਪੇਮਾਰੀ ਕੀਤੀ ਗਈ ਤੇ ਜੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਇਸੇ ਸਾਲ ਫਰਵਰੀ ਦੀ ਜਿਹੜੀ ਅਖਬਾਰ ਦੀ ਕਟਿੰਗ ਹੈ ਜੇ ਮੈਂ ਤੁਹਾਨੂੰ ਦਿਖਾਣੀ ਚਾਹਾਂ ਉਹ ਅਖਬਾਰ ਦੀ ਖਬਰ ਆਪਾਂ ਦੇਖੀ ਜੋ ਕਿ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਤਕਰੀਬਨ 1.5 ਹਜ਼ਾਰ ਲਾਰੈਂਸ ਬਿਸ਼ਨੋਈ ਦੇ ਠਿਕਾਣਿਆਂ ਉ 2000 ਤੋਂ ਵੱਧ ਪੁਲਿਸ ਕਰਮਚਾਰੀ ਸੈਂਕੜਾ ਟੀਮਾਂ ਬਣਾ ਕੇ ਛਾਪੇ ਮਾਰਦੇ ਨੇ 1500 ਠਿਕਾਣੇ ਲਾਰੈਂਸ ਬਿਸ਼ਨੋਈ ਦੇ ਜਦੋਂ ਮੈਂ ਖਬਰ ਪੜ੍ਹੀ ਸੀ ਮੈਨੂੰ ਬੜੀ ਹੈਰਾਨੀ ਹੋਈ ਸੀ ਮੈਨੂੰ ਇਹ ਲੱਗਾ ਕਿ ਵਾਕਈ ਪੰਜਾਬ ਪੁਲਿਸ ਐਨੀ ਸੀਰੀਅਸਲੀ ਲਾਰੈਂਸ ਬਿਸ਼ਨੋਈ ਤੇ ਉਸ ਦੀ ਉਸ ਦੇ ਗੈਂਗ ਨੂੰ ਰੋਕਣ ਦੇ ਵਿੱਚ ਉਸ ਉਹਨਾਂ ਦੀਆਂ ਗਤੀਵਿਧੀਆਂ ਉਤੇ ਨੱਥਪਾਣ ਦੇ ਵਿੱਚ ਗੰਭੀਰ ਹੈ ਵੀ ਕਿ ਫਿਰ ਸਿਰਫ ਪੰਜਾਬ ਦੇ ਜਿਹੜੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਉਹਨਾਂ ਦੀ ਜਿਹੜੀ ਟਰਮ ਹੈਗੀ 6 ਮਹੀਨੇ ਦੀ ਇਨਫੈਕਟ 6 ਮਹੀਨੇ ਤੋਂ ਉੱਤੇ ਇੱਕ ਨਵਾਂ ਪੰਜਾਬ ਦਾ ਪਰਮਨੈਂਟ ਡੀਜੀਪੀ ਜਿਹੜਾ ਹੈ ਸਥਾਈ ਡੀਜੀਪੀ ਹੈ ਉਸ ਨੂੰ ਅਪਾਇੰਟ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਪੰਜਾਬ ਦੇ ਵਿੱਚ ਉਹ ਸਿਚੁਏਸ਼ਨ ਨਹੀਂ ਹੈ ਇੱਕ ਅਫੀਸ਼ੀਏਟਿੰਗ ਡੀਜੀਪੀ ਦੇ ਰੂਪ ਵਿੱਚ ਹੀ ਘਰਵ ਯਾਦਵ ਆਪਣੇ ਕਾਰਜ ਪਾਣ ਨੂੰਗੇ ਤੋਰ ਰਹੇ ਨੇ 6 ਦੇ ਸੱਤ 8 ਮਹੀਨੇ ਹੋ ਚੁੱਕੇ ਨੇ ਸੋ ਮੈਨੂੰ ਹੈਰਾਨੀ ਸੀ ਕਿ ਇਹ ਪੂਰੀ ਦੀ ਪੂਰੀ ਜਿਹੜੀ ਕਵਾਇ ਚੱਲਦੀ ਪਈ ਹੈ ਛਾਪੇ ਮਾਰੀਆਂ ਦੀ 1.5 ਹਜ਼ਾਰ ਛਾਪੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਜੋ ਕਿ ਜੇਲ੍ਹਾਂ ਵਿੱਚੋਂ ਬੈਠ ਕੇ ਕੰਮ ਕਰੀ ਜਾ ਰਹੇ ਨੇ ਸੋ ਜੇਲਾ ਵਿੱਚ ਤੁਹਾਡੀ ਕੋਈ ਕਹਿ ਸਕਦੇ ਕਿ ਦਬਿਸ਼ ਨਹੀਂ ਹੈ ਕਿ ਜੇਲਾ ਵਿੱਚ ਤੁਹਾਡੇ ਕੋਈ ਪੈਰੇ ਨਹੀਂ ਲੱਗੇ ਹੋਏ ਤੁਸੀਂ ਡੇਡ ਡੇਡ ਹਜ਼ਾਰ ਥਾਂਾਂ ਤੇ ਛਾਪੇ ਮਾਰ ਕੇ ਸਿਰਫ ਅਖਬਾਰਾਂ ਵਿੱਚ ਵੱਡੀਆਂ ਵੱਡੀਆਂ ਖਬਰਾਂ ਲਗਵਾਈਆਂ ਨੇ ਤੇ ਜਦੋਂ ਐਡੀ ਵੱਡੀ ਘਟਨਾ ਹੋ ਜਾਂਦੀ ਹੈ ਪਹਿਲੇ ਇੰਟਰਵਿਊ ਆ ਜਾਂਦੀ ਹੈ ਜਿਸ ਉੱਤੇ ਸਵਾਲ ਉੱਠੇ ਸੀ ਇੰਟਰਵਿਊ ਕਿਹੜੇ ਹਾਲਾਤਾਂ ਵਿੱਚ ਦਿੱਤੀ ਗਈ ਤੇ ਮੇਰੀ ਜਿਹੜੀ ਇਸ ਤੋਂ ਪਹਿਲੀ ਰਿਪੋਰਟ ਤਿੰਨ ਦਿਨ ਪਹਿਲਾਂ ਨਸ਼ਰ ਹੋਈ ਹੈ 100% ਯਾਨੀ ਕਿ 100% ਜੋ ਆਪਾਂ ਗੱਲਾਂ ਕੀਤੀਆਂ ਸੀ ਉਹ ਸਹੀ ਪਾਈਆਂ ਜਾ ਰਹੀਆਂ ਨੇ ਸਿੱਧੇ ਸਿੱਧੇ ਗੱਲ ਹੈ ਕਿ ਇਹ ਜਿਹੜੀ ਇੰਟਰਵਿਊ ਜਿਹੜੀ ਪਹਿਲੇ ਇੱਕ ਇੰਟਰਵਿਊ ਪ੍ਰਸਾਰਿਤ ਹੁੰਦੀ ਹੈ ਇਸ ਦੇ ਵਿੱਚੋਂ तमाम ਸਵਾਲ ਨਦਾਰਤ ਹੁੰਦੇ ਨੇ ਗਾਇਬ ਹੁੰਦੇ ਨੇ ਜੋ ਕਿ ਪੁੱਛੇ ਜਾਣੇ ਚਾਹੀਦੇ ਸੀ ਬਣਦੇ ਸੀ ਸਿੱਧਾ ਮਤਲਬ ਇਹ ਸੀ ਕਿ ਇਹ ਇੰਟਰਵਿਊ ਕੁਝ ਹਫ਼ਤੇ ਨਹੀਂ ਬਲਕਿ ਕਈ ਮਹੀਨੇ ਪਹਿਲਾਂ ਕਿਸੇ ਅਜੇਹੀ ਸੈਟਿੰਗ ਵਿੱਚ ਲਿੱਤੀ ਗਈ ਹੈ ਲਈ ਗਈ ਜੋ ਕਿ ਪੋਸੀਬਲੀ ਕੋਈ ਜੇਲ ਵੀ ਨਾ ਹੋਵੇ ਜਾਂ ਫਿਰ ਜੇਲ ਨੂੰ ਹੀ ਇਸ ਤਰੀਕੇ ਦੇ ਨਾਲ ਸੈਟਅਪ ਕੀਤਾ ਗਿਆ ਉਸਾ ਕਿ ਬੈਕ ਬਲੈਕ ਬੈਕਗ੍ਰਾਉਂਡ ਦਿੱਤਾ ਗਿਆ ਇਨਫੈਕਟ ਉਸ ਅ ਇੰਟਰਵਿਊ ਦੇ ਸੰਦਰਭ ਵਿੱਚ ਜਿਹੜੀ ਮੈਂ ਗੱਲ ਪਿਛਲੀ ਰਿਪੋਰਟ ਵਿੱਚ ਜ਼ਿਕਰ ਕਰਨਾ ਭੁੱਲ ਗਿਆ ਦੋ ਅਲੱਗ-ਅਲੱਗ ਕੈਮਰੇਜ਼ ਤੋਂ ਲੋਰੈਂਸ ਬਿਸ਼ਨੋਏ ਨੇ ਰਿਕਾਰਡਿੰਗ ਕੀਤੀ ਕਿਉਂਕਿ ਉਹ ਜਿਸ ਮੋਬਾਈਲ ਕੈਮਰੇ ਤੋਂ ਉਸ ਦੀ ਰਿਕਾਰਡਿੰਗ ਹੋ ਰਹੀ ਸੀ ਜਿਸ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਹਾਈ ਡੈਫੀਨੇਸ਼ਨ ਉਸ ਦੀ ਫੁਟੇਜ ਸੀ ਉਸ ਕੈਮਰੇ ਵੱਲ ਵੇਖ ਹੀ ਨਹੀਂ ਰਿਹਾ ਸੀ ਬਲਕਿ ਪੱਤਰਕਾਰ ਦੇ ਨਾਲ ਗੱਲਬਾਤ ਦੌਰਾਨ ਉਸ ਦੀ ਪੂਰੀ ਦੀ ਪੂਰੀ ਆਈ ਲੁੱਕ ਦੂਸਰੇ ਪਾਸੇ ਸੀ ਲਾਈਕ ਦਿਸ ਸੋ ਉਹ ਕਿਸੇ ਹੋਰ ਫੋਨ ਦੇ ਵਿੱਚ ਗੱਲਬਾਤ ਕਰਕੇ ਉਸ ਆਨਲਾਈਨ ਚਰਚਾ ਨੂੰ ਕਰ ਰਿਹਾ ਸੀ ਜਦ ਕਿ ਰਿਕਾਰਡਿੰਗ ਇੱਕ ਦੂਸਰੇ ਕੈਮਰੇ ਤੋਂ ਕੀਤੀ ਜਾ ਰਹੀ ਸੀ ਇੱਕ ਬਹੁਤ ਹੀ ਪ੍ਰੋਫੈਸ਼ਨਲ ਸੈਟਅਪ ਦੇ ਵਿੱਚ ਉਹ ਪੂਰੀ ਦੀ ਪੂਰੀ ਗੱਲਬਾਤ ਸੀ ਜੋ ਕਿ ਕਈ ਮਹੀਨੇ ਪਹਿਲਾਂ ਉਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਚੈਨਲ ਨੇ এবੀਪੀ ਨਿਊਜ਼ ਚੈਨਲ ਵੱਲੋਂ ਜਾਂ ਇਸ ਪੱਤਰਕਾਰ ਵੱਲੋਂ ਅੱਜ ਤੱਕ ਦੋ ਰਿਪੋਰਟਾਂ तकरीबन 1.5 ਘੰਟੇ ਦੀ ਰਾਮ ਕਥਾ ਲੋਰੈਂਸ ਬਿਸ਼ਨੋਈ ਦੀ ਦੁਨੀਆ ਨੂੰ ਸੁਣਾਉਣ ਦੇ ਬਾਵਜੂਦ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਇਹ ਰਿਪੋਰਟਾਂ ਉਸਨੇ ਕਿਹੜੀ ਤਾਰੀਖ ਨੂੰ ਕਿਸ ਦਿਨ ਰਿਕਾਰਡ ਕੀਤੀਆਂ ਕਿਉਂਕਿ ਕਿਉਂਕਿ ਇਹ ਬਹੁਤ ਵੱਡਾ ਇੱਕ ਪੁਆਇੰਟ ਹੁੰਦਾ ਹੈ ਪੱਤਰਕਾਰੀਤਾ ਦੀ ਪਾਸ਼ਾ ਦੇ ਵਿੱਚ ਉਸਦੀ ਟਰਮੀਨੋਲੋਜੀ ਦੇ ਵਿੱਚ ਇੱਕ ਸ਼ਬਦ ਹੁੰਦਾ ਹੈ ਨਿਊਜ਼ ਡੇਟਲਾਈਨ ਬਹੁਤ ਸੇ ਲੋਕ ਅੱਜਕੱਲ ਪੱਤਰਕਾਰ ਬਣੇ ਹੋਏ ਨੇ ਫੇਸਬੁੱਕ YouTube ਚੈਨਲ ਖੋਲ ਕੇ ਬੈਠੇ ਨੇ ਲੇਕਿਨ ਪੱਤਰਕਾਰੀ ਦਾ ਜਿਹੜੀ ਫਾਰਮਲ ਟ੍ਰੇਨਿੰਗ ਉਹਨਾਂ ਨੂੰ ਨਹੀਂ ਹੈ इवन ਇਹ ਪੱਤਰਕਾਰ ਭਾਈ ਸਾਹਿਬ ਵੀ ਪੱਤਰਕਾਰੀਤਾ ਦੇ ਬੜੇ ਉਸੂਲਾਂ ਦੀ ਗੱਲ ਕਰਦੇ ਹੋਏ ਨਜ਼ਾਰਾ ਰਿਸੀ ਲੇਕਿਨ ਇੱਕ ਜਿਹੜੀ ਬੇਸਿਕ ਚੀਜ਼ ਕਿਸੇ ਵੀ ਨਿਊਜ਼ ਜਾਂ ਜਰਨਲਿਸਟਿਕ ਪੀਸ ਆਫ ਜਿਹੜਾ ਐਡੀਟੋਰੀਅਲ ਆਰਟੀਕਲ ਹੁੰਦਾ ਹੈ ਉਸ ਦੇ ਵਿੱਚ ਉਸਦੀ ਡੇਟਲਾਈਨ ਹੁੰਦੀ ਹੈ ਨਿਊਜ਼ ਡੇਟਲਾਈਨ ਜਿਸ ਨੂੰ ਕਹਿਆ ਜਾਂਦਾ ਹੈ ਟੈਕਨੀਕਲ ਟਰਮ ਖਬਰਾਂ ਦੀ ਟਰਮ ਹੈ ਐਡੀਟোরিয়াল ਦੀ ਟਰਮ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਇਸ ਸਟੇਸ਼ਨ ਦਾ ਨਾਮ ਤੇ ਉਹ ਤਾਰੀਖ ਜਿਸ ਤਾਰੀਖ ਨੂੰ ਉਸ ਰਿਪੋਰਟ ਨੂੰ ਫਾਈਲ ਕੀਤਾ ਜਾ ਰਿਹਾ ਹੈ ਇਹ ਪੋਸੀਬਲ ਹੈ ਕਿ ਇੱਕ ਲੰਮਾ ਆਪਰੇਸ਼ਨ ਸੀ ਇੱਕ ਸਟ੍ਰਿੰਗ ਆਪਰੇਸ਼ਨ ਵਾਂਗ ਹੀ ਇੱਕ ਆਪਰੇਸ਼ਨ ਸੀ ਜੋ ਕਿ ਕਈ ਮਹੀਨੇ ਚੱਲਿਆ ਲੇਕਿਨ ਐਨੇ ਮਹੀਨੇ ਤੱਕ ਇਸ ਫੁਟੇਜ ਨੂੰ ਜਾਂ ਇਸ ਇੰਟਰਵਿਊ ਨੂੰ ਵਿਧੋਲਡ ਕਰਨ ਦਾ ਮਕਸਦ ਕੀ ਸੀ ਤੇ ਉਸ ਤੋਂ ਬਾਅਦ ਜਦੋਂ ਪਹਿਲੇ ਇੰਟਰਵਿਊ ਪ੍ਰਸਾਰਿਤ ਹੁੰਦੀ ਹੈ ਉਹ ਸਵਾਲ ਖੜੇ ਹੁੰਦੇ ਨੇ ਜੋ ਕਿ ਲੌਜੀਕਲ ਸਵਾਲ ਨੇ ਉਸ ਤੋਂ 3 ਦਿਨ ਬਾਅਦ ਇੱਕ ਨਵੀਂ ਇੰਟਰਵਿਊ ਕਰ ਲਈ ਜਾਂਦੀ ਹੈ ਜਿਸ ਦੇ ਵਿੱਚ ਉਹ ਸਾਰੇ ਸਾਰੇ ਸਵਾਲਾਂ ਨੂੰ ਐਡਰੈਸ ਕਰਤਾ ਜਾਂਦਾ ਹੈ ਹੈਰਾਨੀ ਉਸ ਵਕਤ ਹੁੰਦੀ ਜੇ ਦੂਸਰੀ ਜਿਹੜੀ ਲੜੀ ਸੀ ਇੰਟਰਵਿਊ ਦੀ ਕਿਉਂਕਿ ਮੈਨੂੰ ਇਸ ਚੀਜ਼ ਦਾ ਅੰਦਾਜ਼ਾ ਜਾਂ ਸ਼ੱਕ ਸੀ ਕਿ ਇੱਕ ਦੂਸਰਾ ਪਾਰਟ ਵੀ ਇਸ ਇੰਟਰਵਿਊ ਦਾ ਹੋ ਸਕਦਾ ਹੈ ਲੇਕਿਨ ਮੈਂ ਅੰਦਾਜ਼ਾ ਇਹ ਲਗਾ ਕੇ ਚੱਲ ਰਿਹਾ ਸੀ ਕਿ ਇੰਟਰਵਿਊ ਜਿਹੜੀ ਪਹਿਲੇ ਸੈਟਅਪ ਦੇ ਵਿੱਚ ਜਾਨਕੀ ਜਿਸ ਫਰੇਮ ਦੇ ਵਿੱਚ ਜਿਸ ਤਰੀਕੇ ਦਾ ਸ਼ਾਟ ਜਿਸ ਤਰੀਕੇ ਦੀ ਕੰਪੋਜੀਸ਼ਨ ਪਹਿਲੀ ਇੰਟਰਵਿਊ ਦੇ ਵਿੱਚ ਸੀ ਉਹੀ ਗੱਲਬਾਤ ਨੂੰ ਦੂਸਰੀ ਲੜੀ ਦੇ ਵਿੱਚ ਇਹ ਰਿਪੋਰਟ ਦੇ ਤੌਰ ਤੇ ਚੈਨਲ ਅੱਗੇ ਲਿਆਏਗਾ ਲੇਕਿਨ ਇੱਕ ਬਿਲਕੁਲ ਡਿਫਰੈਂਟ ਇੰਟਰਵਿਊ ਸੀ ਜਿਸ ਵਿੱਚ ਕਿ ਸਭ ਕੁਝ ਬਦਲ ਜਾਂਦਾ ਹੈ ਗੈਂਗਸਟਰ ਦੇ ਕੱਪੜੇ ਬਦਲ ਜਾਂਦੇ ਨੇ ਉਸ ਦਾ ਹੇਅਰ ਸਟਾਈਲ ਬਦਲ ਜਾਂਦਾ ਹੈ ਜੇਲ੍ਹ ਬਦਲ ਜਾਂਦੀ ਹੈ ਐਕਚੁਅਲ ਜੇਲ੍ਹ ਦਾ ਇੱਕ ਸੈੱਲ ਆ ਜਾਂਦਾ ਜਿੱਥੋਂ ਕਿ ਇੰਟਰਵਿਊ ਕੀਤੀ ਗਈ ਜੋ ਕਿ ਅਸਲ ਦੇ ਵਿੱਚ ਇੱਕ ਜੇਲ੍ਹ ਦੇ ਵਿੱਚੋਂ ਕੀਤੀ ਗਈ ਇੰਟਰਵਿਊ ਹੈ ਸੋ ਸਵਾਲ ਇਹ ਖੜਾ ਹੁੰਦਾ ਕਿ ਪਹਿਲੀ ਇੰਟਰਵਿਊ ਕਿੱਥੇ ਕੀਤੀ ਗਈ ਤੇ ਜਿਹੜੀਆਂ ਇੰਟਰਵਿਊਸ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਇਹ ਗੈਪ ਕਿਉਂ ਸੀ ਗੈਪ ਪਾਉਣ ਦਾ ਕਾਰਨ ਕੀ ਸੀ ਪੱਤਰਕਾਰ ਤੇ ਇਹ ਚੈਨਲ ਇਸ ਚੀਜ਼ ਦਾ ਦਾਅਵਾ ਕਰ ਰਹੇ ਕਿ ਸਿਸਟਮ ਦੀਆਂ ਕਮੀਆਂ ਖਾਮੀਆਂ ਨੂੰ ਐਕਸਪੋਜ਼ ਕਰਨਾ ਚਾਹ ਰਹੇ ਸੀ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਆਪਰੇਟ ਕਰ ਰਹੇ ਨੇ ਇਸ ਚੀਜ਼ ਦਾ ਖੁਲਾਸਾ ਕਰਨਾ ਚਾਹ ਰਹੇ ਸੀ ਸੋ ਇਹ ਖੁਲਾਸਾ ਤਾਂ ਉਹ ਕਈ ਮਹੀਨੇ ਪਹਿਲਾਂ ਕਰ ਸਕਦੇ ਸੀ ਜਦੋਂ ਇੰਟਰਵਿਊਜ਼ ਰਿਕਾਰਡ ਕੀਤੀਆਂ ਗਈਆਂ ਸਨ ਜਦੋਂ ਕਿ ਕਈ ਬੜੀਆਂ-ਵੱਡੀਆਂ ਘਟਨਾਵਾਂ ਜਿਹਦਾ ਜ਼ਿਕਰ ਮੇਰੀ ਪਿਛਲੀ ਰਿਪੋਰਟ ਦੇ ਵਿੱਚ ਸੀ ਗੋਵਿੰਦਵਾਲ ਸਾਹਿਬ ਜੇਲ੍ਹ ਦੀ ਲੜਾਈ ਸੀ ਰਾਜਸਥਾਨ ਦੇ ਅਦਾਲਤ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਸਬਮਿਸ਼ਨ ਸੀ ਜਿਸ ਵਿੱਚ ਉਸਨੇ ਆਪਣੀ ਜਾਨ ਦੇ ਖਤਰੇ ਦੀ ਗੱਲਾਂ ਕੀਤੀਆਂ ਸੀਗੀਆਂ ਇਹ ਸਾਰੀਆਂ ਗੱਲਾਂ ਬਾਤਾਂ ਪਹਿਲੀ ਰਿਪੋਰਟ ਵਿੱਚ ਕੁਝ ਕਈ ਮਹੀਨੇ ਪਹਿਲਾਂ ਜਿਹੜੀ ਕਿ ਪਲਾਨ ਕਰਕੇ ਕਰਵਾਈ ਗਈ ਹੋ ਸਕਦੀ ਹੈ ਉਸ ਵਿੱਚ ਨਹੀਂ ਸਨ ਸੋ ਉਹ ਜਿਹੜੀ ਰਿਪੋਰਟ ਹੈ ਉਸ ਤੇ ਸਵਾਲ ਖੜੇ ਨੇ ਲੇਕਿਨ ਜੀ ਜਿਹੜੀ ਸਭ ਤੋਂ ਅਹਿਮ ਗੱਲ ਹੈ ਆਪਾਂ ਦੇਖੋ ਬਹੁਤ ਸੇ ਲੋਕਾਂ ਨੇ ਪੱਤਰਕਾਰਾਂ ਜਾਂ ਉਸ ਚੈਨਲ ਦੇ ਪ੍ਰਤੀ ਗੱਲਾਂ ਬਾਤਾਂ ਕੀਤੀਆਂ ਨੇ ਕੁਝ ਲੋਕਾਂ ਨੇ ਫੋਨ ਲਗਾ ਕੇ ਪੱਤਰਕਾਰ ਦੇ ਨਾਲ ਗੁੱਸਾ ਵੀ ਆਪਣਾ ਜ਼ਾਹਰ ਕੀਤਾ ਮੈਂ बार-बार ਇਹ ਕਹ ਰਿਹਾ ਮੈਂ ਪਹਿਲੀ ਰਿਪੋਰਟ ਵਿੱਚ ਵੀ ਕਿਹਾ ਸੀ ਪੱਤਰਕਾਰਾਂ ਦਾ ਤੇ ਨਿਊਜ਼ ਚੈਨਲਸ ਦਾ ਸਟੈਬਲਿਸ਼ਮੈਂਟ ਦਾ ਇੱਕ ਕੰਮ ਹੁੰਦਾ ਹੈ ਹਾਂ ਠੀਕ ਹੈ ਇਸ ਕੇਸ ਦੇ ਵਿੱਚ ਇੱਕ ਜ਼ਿੰਮੇਵਾਰ ਨਿਊਜ਼ ਆਰਗੇਨਾਈਜੇਸ਼ਨ ਹੋਣ ਦੇ ਨਾਤੇ এবੀਪੀ ਨਿਊਜ਼ ਤੋਂ ਕਟੋਟ-ਕਟ ਐਣੀ ਆ ਜ਼ਰੂਰ ਸੀ ਕਿ ਉਹਨਾਂ ਦੇ ਪੱਤਰਕਾਰ ਜਾਂ ਉਹਨਾਂ ਦਾ ਆਧਾਰਾ ਜਿਹੜਾ ਹੈ ਇੱਕ ਬਾਰਦਰਸ਼ੀ ਤਰੀਕੇ ਨਾਲ ਟਰਾਂਸਪੇਰੈਂਸੀ ਦੇ ਨਾਲ ਐਨੀ ਗੱਲ ਘੱਟੋ ਘਾਟ ਜ਼ਰੂਰ ਦੱਸੇ ਕਿ ਇਹ ਇੰਟਰਵਿਊਜ਼ ਕਿਹੜੀ ਕਿਹੜੀ ਤਰੀਖ ਨੂੰ ਰਿਕਾਰਡ ਕੀਤੇ ਗਏ ਹਨ ਉਹਨਾਂ ਤਰੀਕਾਂ ਤੋਂ ਲੌਰੈਂਸ ਬਿਸ਼ਨੋਈ ਦੀ ਲੋਕੇਸ਼ਨ ਨੂੰ ਬਹੁਤ ਈਜ਼ੀਲੀ ਵੈਰੀਫਾਈ ਕੀਤਾ ਜਾ ਸਕਦਾ ਜਿਸ ਤੋਂ ਬਾਅਦ ਕਾਨੂੰਨ ਆਪਣਾ ਕੰਮ ਕਰ ਸਕਦਾ ਹੈ ਲੇਕਿਨ ਇਸ ਚੈਨਲ ਨੇ ਇਸ ਪੱਤਰਕਾਰ ਵੱਲੋਂ ਇਹਨਾਂ ਤਰੀਖਾਂ ਦਾ ਜ਼ਿਕਰ ਨਾ ਕਰਨਾ ਇੱਕ ਬਹੁਤ ਵੱਡਾ ਸੰਸਾ ਪੈਦਾ ਕਰਨ ਵਾਲੀ ਗੱਲ ਹੈ ਕਿ ਮੈਂ ਅਕਸਰ ਇਹ ਚੀਜ਼ ਮੰਨਦਾ ਕਿ ਪੱਤਰਕਾਰੀਤਾ ਦੇ ਵਿੱਚ ਆਪਾਂ ਸੰਸੇ ਘੱਟ ਕ੍ਰੀਏ ਸੰਸਿਆਂ ਦਾ ਜਵਾਬ ਜ਼ਿਆਦਾ ਦਈਏ ਇਹ ਹਟਾਇਆ ਜਾ ਰਿਹਾ ਹੈ ਕਿ ਅਸੀਂ ਜੇਲ੍ਹਾਂ ਦੀ ਵਿਵਸਥਾ ਨੂੰ ਐਕਸਪੋਜ਼ ਕਰਨਾ ਚਾਹ ਰਹੇ ਸੀ ਜੋ ਕਿ ਇਹਨਾਂ ਨੇ ਕੀਤਾ ਬਿਲਕੁਲ ਇਸ ਲਈ ਮੈਂ ਬਾਰ ਬਾਰ ਕਹਿ ਰਹੇ ਹਾਂ ਕਿ ਚੈਨਲ ਤੇ ਪੱਤਰਕਾਰ ਸ਼ਾਬਾਸ਼ੀ ਦੇ ਪਾਤਰ ਨੇ ਲੇਕਿਨ ਇਸ ਪੂਰੇ ਦੇ ਪੂਰੇ ਪ੍ਰੋਸੈਸ ਦੇ ਵਿੱਚ ਨਾ ਸਿਰਫ ਇੱਕ ਗੈਂਗਸਟਰ ਨੂੰ ਗਲੈਮਰਾਇਜ਼ ਕਰਤਾ ਗਿਆ ਹੈ ਯੋਸ਼ ਨੂੰ ਹੁੰਦਾ ਹੋਇਆ ਆਪਾਂ ਦੇਖ ਲਿਆ ਤੇ ਇਹ ਬਾਈ ਡਿਫਾਲਟ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਇਸ ਆਰਗੇਨਾਈਜੇਸ਼ਨ ਦਾ ਇਹ ਮੰਤਵ ਰਿਆ ਹੋਵੇ ਲੇਕਿਨ ਉਸ ਤੋਂ ਹਰ ਉਹ ਗੱਲ ਅਖਵਾਈ ਗਈ ਜਾਂ ਉਸਨੇ ਹਰ ਉਸ ਗੱਲ ਨੂੰ ਉਸੇ ਤਰੀਕੇ ਦੇ ਨਾਲ ਉਸੇ ਭਾਸ਼ਾ ਉਸੇ ਸ਼ਬਦਾਵਲੀ ਉਸੇ ਲਹਿਜੇ ਤੇ ਉਸੇ ਇੰਟੈਂਟ ਦੇ ਨਾਲ ਜਵਾਬ ਦਿੱਤਾ ਜਿਸ ਦੇ ਪਿੱਛੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਇਸ ਅਪਰਾਧਿਕ ਵਾਰਦਾਤ ਦੇ ਸੰਦਰਭ ਦੇ ਵਿੱਚ ਲਾਰੈਂਸ ਬਿਸ਼ਨੋਈ ਕੋਲ ਦੱਸਣ ਨੂੰ ਕੁਝ ਸੀ ਹੀ ਨਹੀਂ ਤੇ ਇਹ ਮਕਸਦ ਤਾਂ ਇਹੀ ਸੀ ਕਿ ਲਾਰੈਂਸ ਬਿਸ਼ਨੋਈ ਤੇ ਦੀ ਪੂਰੀ ਦੀ ਪੂਰੀ ਭੂਮਿਕਾ ਜੋ ਗੋਲਡੀ ਬਰਾਡ ਦੇ ਨਾਲ ਉਸ ਦੀ ਐਸੋਸੀਏਸ਼ਨ ਤੇ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਉਸ ਦੀ ਭੂਮਿਕਾ ਉਸ ਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਜਾਣ ਲੇਕਿਨ ਇੰਜ ਲੱਗਾ ਕਿ ਸਲਮਾਨ ਖਾਨ ਦਾ ਜਿਹੜਾ ਫੈਕਟਰ ਹੈ ਕਿਉਂਕਿ ਇੱਕ ਬਹੁਤ ਵੱਡਾ ਟੀਆਰਪੀ ਜਿਸ ਨੂੰ ਅਟਰੈਕਟ ਕਰਨ ਦਾ ਇੱਕ ਰੀਜ਼ਨ ਵੀ ਹੈ ਕੌਮੀ ਪਦਰ ਉੱਤੇ ਚੈਨਲ ਦੀ ਅਸੀਂ ਅਜੇ ਹੀ ਰਿਕੁਆਇਰਮੈਂਟਸ ਵੀ ਹੁੰਦੀਆਂ ਨੇ ਟੈਲੀਵਿਜ਼ਨ ਰੇਟਿੰਗ ਜਿਹੜੀਆਂ ਹੁੰਦੀਆਂ ਨੇ ਉਹ ਵੀ ਮਹੱਤਵਪੂਰਨ ਹੁੰਦੀਆਂ ਨੇ ਸੋ ਜ਼ਿਆਦਾਤਰ ਗੱਲਾਂ ਬਾਤਾਂ ਉਧਰ ਕਨਸੈਂਟਰੇਟ ਹੋਈਆਂ ਸਿੱਟਾ ਮੁਖੀ ਇੰਟਰਵਿਊ ਸਾਬਤ ਨਹੀਂ ਹੋ ਪਾਈ ਬਹੁਤ ਕੁਝ ਇਸ ਇੰਟਰਵਿਊ ਦੇ ਵਿੱਚੋਂ ਨਹੀਂ ਨਿਕਲ ਪਾਇਆ ਕੁਝ ਅਜਿਹੀਆਂ ਗੱਲਾਂ ਬਾਤਾਂ ਜਿਸ ਦੀ ਕੀ ਆਸ ਕੀਤੀ ਜਾ ਸਕਦੀ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਜੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਦਰਭ ਵਿੱਚ ਕੀਤਾ ਜਾਂਦਾ ਤਾਂ ਬਹੁਤ ਅਜਿਹੀਆਂ ਗੱਲਾਂ ਜੇ ਲਾਰੈਂਸ ਬਿਸ਼ਨੋਈ ਕੁਝ ਦੱਸਣਾ ਚਾਹੁੰਦਾ ਜਾਂ ਉਸ ਨੂੰ ਪਤਾ ਹੁੰਦੀਆਂ ਉਹ ਦੱਸਦਾ ਤੇ ਇਸ ਇੰਟਰਵਿਊ ਦੇ ਵਿੱਚ ਨਿਕਲਣੀਆਂ ਲੇਕਿਨ ਉਹ ਗੱਲਾਂ ਬਾਤਾਂ ਨਹੀਂ ਨਿਕਲੀਆਂ ਗੱਲਾਂ ਬਾਤਾਂ ਰਾਸ਼ਟਰਵਾਦ ਤੋਂ ਲੈ ਕੇ ਖਾਲਿਸਤਾਨ ਤੇ ਕਾਲੇ ਹਿਰਨ ਤੋਂ ਲੈ ਕੇ ਸਲਮਾਨ ਖਾਨ ਤੱਕ ਰਹੀਆਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਦਰਭ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਉਹੀ ਗੱਲਾਂ ਬਾਤਾਂ ਕੀਤੀਆਂ ਜਿੰਨੀਆਂ ਕੋ ਨੂੰ ਪਤਾ ਸੀ ਤੇ ਇਫੈਕਟ ਹੈ ਦੂਸਰੇ ਇੰਟਰਵਿਊ ਦੇ ਵਿੱਚ ਵੀ ਉਸਨੇ ਸਾਫ਼ ਹੀ ਕਰਤਾ ਆਪਣਾ ਪੱਲਾ ਉਸਨੇ ਛਾੜਤਾ ਕਿ ਉਸ ਨੂੰ ਕੁਝ ਨਹੀਂ ਪਤਾ ਜੋ ਵੀ ਕਰਵਾਇਆ ਗੋਲਡੀ ਬਰਾੜ ਨੇ ਕਰਵਾਇਆ ਗੋਲਡੀ ਬਰਾੜ ਨੇ ਉਸ ਨੂੰ ਦੱਸੇ ਨੇ ਹੀ ਕਾਰਨ ਸੀ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਦਿੱਲੀ ਪੁਲਿਸ ਨੂੰ ਜਾਂ ਸਪੈਸ਼ਲ ਸੈੱਲ ਨੇ ਜਿੰਨੀ ਪੁੱਛਗਿੱਛ ਕੀਤੀ ਲਾਰੈਂਸ ਬਿਸ਼ਨੋਈ ਤੋਂ ਉਸ ਤੋਂ ਬਾਅਦ ਜਿਹੜੇ ਵੀ ਲੋਕਾਂ ਦੀ ਤਾਰ ਪਕੜ ਹੋਈ ਉਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਕਹੇ ਮੁਤਾਬਕ ਦਿੱਲੀ ਪੁਲਿਸ ਮਹਾਰਾਸ਼ਟਰ ਤੱਕ ਪਹੁੰਚ ਗਈ ਸੀ ਪਤਾ ਨਹੀਂ ਕਿਹੜੇ ਅਜਿਹੇ ਗੈਂਗਸਟਰਾਂ ਜਾਂ ਸ਼ੂਟਰਾਂ ਤੱਕ ਪਹੁੰਚ ਗਈ ਸੀ ਤੁਸੀਂ ਇਮੇਜਨ ਕਰਕੇ ਚੱਲ ਸਕਦੇ ਹੋ ਸੋ ਗੋਲਡੀ ਬਰਾਡ ਵਾਸ ਵੈਰੀ ਸਮਾਰਟ ਇਨ दैट ਸੈਂਸ ਕਿ ਉਸਨੇ ਲਾਰੈਂਸ ਬਿਸ਼ਨੋਈ ਨੂੰ ਇਸ ਪੂਰੀ ਦੀ ਪੂਰੀ ኦਪਰੇਸ਼ਨਲ ਪਲੈਨਿੰਗ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਤੇ ਉਸੇ ਚੀਜ਼ ਦੀ ਤਸਦੀਕ ਲਾਰੈਂਸ ਬਿਸ਼ਨੋ ਨੇ ਕੀਤੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਉਹ ਇਸ ਕੇਸ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਉਹ ਥੋੜੇ ਸਾਹਮਣੇ ਹੈ ਉਹਨਾਂ ਤੇ ਪੂਰੀ ਦੀ ਪੂਰੀ ਗੱਲਬਾਤ ਉਸੇ ਨੁਕਤੇ ਤੇ ਆ ਕੇ ਫੇਰ ਖੜੀ ਹੋ ਜਾਂਦੀ ਹੈ ਜਿੱਥੇ ਆਪਾਂ ਪਿਛਲੀ ਰਿਪੋਰਟ ਵਿੱਚ ਗੱਲ ਛੱਡੀ ਸੀ ਕਿ ਜ਼ਿੰਮੇਵਾਰੀ ਕਿਸ ਦੀ ਜਵਾਬ ਦੇਣ કોਣ ਹੈ ਇਸ ਗੱਲਬਾਤ ਲਈ ਕੀ ਆਪਾਂ ਸਿਆਸੀ ਲੀਡਰਸ਼ਿਪ ਨੂੰ ਗਵਰਨਟਮੈਂਟ ਨੂੰ ਜ਼ਿੰਮੇਵਾਰ ਮੰਨੀਏ ਇਸ ਨੂੰ ਅਸਿਊਮ ਕਰਕੇ ਕਿ ਬਠਿੰਡੇ ਦੀ ਜੇਲ੍ਹਾਂ ਵਿੱਚੋਂ ਪੰਜਾਬ ਦੀ ਜੇਲ੍ਹਾਂ ਵਿੱਚੋਂ ਹੀ ਇਹ ਇੰਟਰਵਿਊ ਕੰਡਕਟ ਕਰਾਏ ਜਾ ਰਹੇ ਹੋ ਸਕਦੇ ਨੇ ਜਾਂ ਫਿਰ ਇਸ ਚੀਜ਼ ਦੀ ਗਹਿਰਾਈ ਵਿੱਚ ਜਾਣ ਦੀ ਕੋਸ਼ਿਸ਼ ਕਰੀਏ ਕਿ ਇਹ ਪੱਤਰਕਾਰ ਤੇ ਇਹ ਜਿਹੜਾ ਨਿਊਜ਼ ਅਦਾਰਾ ਹੈ ਇਹ ਕਿਉਂ ਨਹੀਂ ਦੱਸ ਰਿਹਾ ਕਿ ਪਹਿਲੀ ਇੰਟਰਵਿਊ ਕਿਹੜੀ ਤਾਰੀਖ ਨੂੰ ਕਿੱਥੇ ਲਈ ਗਈ ਸੀ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਕੈਚ ਹੈ ਤੇ ਇਸੇ ਗੁੱਥੀ ਦੇ ਵਿੱਚ ਪੂਰੀ ਪੂਰਾ ਰਹੱਸ ਜਿਹੜਾ ਹੈ ਛੁਪਿਆ ਹੋਇਆ ਹੈ ਇਟ ਇਜ਼ ਕੁਆਇਟ ਪੋਸੀਬਲ ਕਿ ਲਾਰੈਂਸ ਬਿਸ਼ਨੋਈ ਜਿਹੜੀ ਇੰਟਰਵਿਊ ਹੈ ਕਿਸੇ ਸੈਂਟਰਲ ਏਜੰਸੀ ਦੀ ਕਸਟਡੀ ਜਦੋਂ ਲਈ ਗਈ ਲਾਰੈਂਸ ਬਿਸ਼ਨੋਈ ਦੀ ਇਸੇ ਕੇਸ ਦੇ ਮੁਤਲਕ ਉਸ ਕਸਟਡੀ ਦੇ ਦੌਰਾਨ ਦਿੱਲੀ ਦੇ ਵਿੱਚ ਕਰਾਈ ਗਈ ਹੋਵੇ ਰਾਜਸਥਾਨ ਦੀ ਜੇਲ੍ਹਾਂ ਦੇ ਵਿੱਚ ਇਹ ਇੰਟਰਵਿਊ ਕਰਵਾਈ ਗਈ ਹੋ ਸਕਦੀ ਹੈ ਇਸ ਸੈਟਿੰਗ ਤੋਂ ਲੱਗਦਾ ਤੇ ਬਠਿੰਡੇ ਦੀ ਜੇਲ੍ਹਾਂ ਦੇ ਵਿੱਚ ਖੁੱਤ ਜਿਹੜੇ ਡੀਜੀਪੀ ਨੇ ਐਕਸਪੋਜ਼ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਜਿਹੜੋਂ ਉਹਨਾਂ ਦੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਜਿਸ ਹੁਲੀਏ ਜਿਸ ਆ ਕਪੜਿਆਂ ਦੇ ਵਿੱਚ ਲੋਰੈਂਸ ਬਿਸ਼नोई ਨੂੰ ਦਰਸਾਇਆ ਗਿਆ ਠੀਕ ਉਹਨਾਂ ਹੀ ਕਪੜਾ ਤੇ ਉਸੇ ਹੁਲੀਏ ਦੇ ਨਾਲ ਉਹ ਦੂਸਰੀ ਇੰਟਰਵਿਊ ਦੇ ਵਿੱਚ ਇੰਟਰਵਿਊ ਦੇ ਰਿਹਾ ਹੁੰਦਾ ਤੇ ਇਸ ਚੀਜ਼ ਦੇ ਵਿੱਚ ਕੋਈ ਸੰਸਾ ਨਹੀਂ ਬਚਦਾ ਕਿ ਇਸ ਜੀ ਦੀ ਬਹੁਤ ਵੱਡੀ ਸੰਭਾਵਨਾ ਹੈ ਹਾਲਾਂਕਿ ਇੱਕ ਗੈਂਗਸਟਰ ਦੇ ਕੋਲ ਇੱਕ ਜੇਲ ਦੇ ਵਿੱਚ ਇੱਕ ਕਪੜਾ ਹੋਏਗਾ ਤੇ ਦੂਸਰੀ ਜੇਲ ਦੇ ਵਿੱਚ ਉਸਦੇ ਕੋਲ ਦੂਸਰੇ ਸੈਟ ਆਫ ਕਲੋਥ ਹੋਣਗੇ ਇਹ ਕੋਈ ਜ਼ਰੂਰੀ ਗੱਲਬਾਤ ਨਹੀਂ ਹੈ ਟਰਾਂਸਫਰ ਦੇ ਦੌਰਾਨ ਵੀ ਉਹ ਕਪੜੇ ਸੇਮ ਹੋ ਸਕ ਇੱਕ ਤਥ ਹੈ ਕਿ ਪੰਜਾਬ ਦੇ ਜਿਹੜੇ ਡੀਜੀਪੀ ਨੇ ਜਾਂ ਪੰਜਾਬ ਦੀ ਇਸਟੈਬਲਿਸ਼ਮੈਂਟ ਹੈ ਉਸ ਨੇ ਇੱਕ ਬਹੁਤ ਵੱਡੀ ਕੋਤਾਹੀ ਕੀਤੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਇਹ ਆਪਣੀ ਪਿਛਲੀ ਰਿਪੋਰਟ ਦਾ ਪਹਿਲਾ ਸਾਡਾ ਨੁਕਤਾ ਸੀ ਕਿ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਸਭ ਤੋਂ ਵੱਡੀ ਜਿਹੜੀ ਗਲਤੀ ਉਹ ਇਹ ਕਰ ਰਹੇ ਸੀ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਤੋਂ ਮੁਨਕਰ ਹੋ ਰਹੇ ਨੇ ਇਸ ਕੇਸ ਦੇ ਵਿੱਚ ਇੰਟਰਵਿਊ ਕਿਹੜੀ ਵੀ ਜੇਲ੍ਹ ਵਿੱਚ ਹੋਈ ਹੋਵੇ ਲੇਕਿਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੋਲ ਇੱਕ ਬਹੁਤ ਵੱਡਾ ਕੇਸ ਬਣਦਾ ਸੀ ਕਿ ਇਸ ਵਿੱਚ ਐਫਆਈਆਰ ਦਰਜ ਕਰਨ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨ ਉਸ ਕੇਸ ਦੇ ਵਿੱਚ ਚਾਹੇ ਤੁਹਾਨੂੰ ਪਠੰਡੇ ਦੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕਿਉਂ ਨਾ ਕਰਨੀ ਪੈਂਦੀ ਲੇਕਿਨ ਤੁਹਾਨੂੰ ਕਰਨੀ ਬਣਦੀ ਸੀ ਉਸ ਚੀਜ਼ ਦੀ ਪੜਤਾਲ ਲਈ ਤੁਸੀਂ ਦਿੱਲੀ ਪੁਲਿਸ NIA ਰਾਜਸਥਾਨ ਪੁਲਿਸ ਇਹ ਸਾਰੇ ਦੇ ਸਾਰੇ ਅਲੱਗ-ਅਲੱਗ ਮਹਿਕਮੇ ਜਿਨ੍ਹਾਂ ਕੋਲ ਲਾਰੈਂਸ ਬਿਸ਼ਨੋਈ ਅਲੱਗ-ਅਲੱਗ ਸਮੇਂ ਆਉਤੇ ਪੁਲਿਸ ਰਿਮਾਂਡ ਕੱਟ ਚੁੱਕਾ ਹੈ ਉਹਨਾਂ ਨੂੰ ਵੀ ਇਸ ਪੜਤਾਲ ਦਾ ਹਿੱਸਾ ਬਣਾ ਸਕਦੇ ਸੀ ਲੇਕਿਨ ਪੰਜਾਬ ਪੁਲਿਸ ਨੇ ਇਹ ਨਹੀਂ ਕੀਤਾ ਉਲਟਾ ਪੰਜਾਬ ਦੇ DGP ਨੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਪਤਰਕਾਰਾਂ ਦੇ ਸਮੂਹ ਨੂੰ 18 ਮਿੰਟ ਐਡਰੈਸ ਕਰਦੇ ਹੋਏ ਡੀਜੀਪੀ ਸਾਹਿਬ ਦੇ ਚਿਹਰੇ ਤੇ ਮੁਸਕਰਾਹਟ ਸੀ ਤੇ ਸ਼ਾਇਦ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਕੋਲ ਹਰ ਸਵਾਲ ਦਾ ਜਵਾਬ ਹੈ ਜਦੋਂ ਇੱਕ ਦੋ ਪਤਰਕਾਰਾਂ ਨੇ ਥੋੜੇ ਜਿਹੀ ਠੀਕ ਠਾਕ ਸਵਾਲ ਪੁੱਛੇ ਜ਼ਿਆਦਾਤਰ ਤਾਂ ਪਤਰਕਾਰ ਇਧਰ ਉਧਰ ਦੇ ਸਵਾਲ ਉਹਨਾਂ ਤੋਂ ਪੁੱਛਦੇ ਰਹਿ ਗਏ ਲੇਕਿਨ ਜਦੋਂ ਇੱਕ ਦੋ ਪਤਰਕਾਰਾਂ ਨੇ ਠੀਕ ਸਵਾਲ ਪੁੱਛੇ ਤਾਂ ਉਸ ਤੋਂ ਬਾਅਦ ਡੀਜੀਪੀ ਸਾਹਿਬ ਉੱਠ ਕੇ ਖੜੇ ਹੋ ਗਏ ਉਹਨਾਂ ਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਕਿਤੇ ਨਾ ਕਿਤੇ ਇਹ ਪੁਆਇੰਟ ਦੇ ਉੱਤੇ ਲਾਇਬਿਲਟੀ ਉਹਨਾਂ ਦੀ ਤੈਅ ਹੋਣੀ ਲਾਜ਼ਮੀ ਹੈ ਇਸ ਚੀਜ਼ ਦਾ ਅੰਦਾਜ਼ਾ ਉਹ ਤੇ ਰੂਪ ਵਿੱਚ ਹੀ ਲਾਰਸ ਬਿਸ਼ਨੂਈ ਨਜ਼ਰ ਆਏਗਾ ਸੋ ਸਵਾਲ ਇਹ ਹੈ ਕਿ 1500 ਛਾਪੇ ਲਾਰਸ ਬਿਸ਼ਨੂਈ ਦੇ ਨਾਂ ਉਤੇ ਮਰਨ ਵਾਲੀ ਪੁਲਿਸ ਤਕਰੀਬਨ 4-500 ਛਾਪਾ ਲਖਵੀਰ ਸਿੰਘ ਲੰਡਾ ਹਰੀਕੇ ਦੇ ਨਾਂ ਉਤੇ ਪੰਜਾਬ ਪੁਲਿਸ ਮਾਰ ਚੁੱਕੀ ਹੈ ਪਿਛਲੇ 3-4 ਮਹੀਨਿਆਂ ਵਿੱਚ 22 ਤੋਂ 300 ਜਿਹੜਾ ਛਾਪਾ ਹੈ ਉਹ ਜੱਗੂ ਭਗਵਾਨਪੂਰੀਏ ਦੇ ਨਾਂ ਉਤੇ ਵੱਜ ਚੁੱਕਾ ਹੈ ਸੋ ਜੇ ਆਪਾਂ ਕੁੱਲ ਮਿਲਾ ਕੇ ਦੇਖੀ ਤਾਂ ਪੰਜਾਬ ਪੁਲਿਸ ਪਿਛਲੇ 3-4 ਮਹੀਨਿਆਂ ਦੇ ਵਿੱਚ 22 ਤੋਂ 3000 ਛਾਪੇ ਮਾਰੀ ਕਰ ਚੁੱਕੀ ਹੈ ਜਿਸ ਦੇ ਵਿੱਚ ਇਹਨਾਂ ਨੇ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਅਲੱਗ-ਅਲੱਗ ਉਹਨਾਂ ਦੇ ਠਿਕਾਣਿਆਂ ਤੇ ਦਬਿਸ਼ ਕੀਤੀ ਹੈ ਲੱਭਿਆ-ਲੁੱਭੇ ਇੰਨਾ ਕੁਝ ਨਹੀਂ ਛੋਟੀਆਂ-ਮੁਟੀਆਂ ਚੀਜ਼ਾਂ ਲੱਭੀਆਂ ਮੈਂ ਬਾਰ-ਬਾਰ ਇਹ ਚੀਜ਼ਾਂ ਦੇ ਉੱਤੇ ਸਵਾਲ ਚੁੱਕਨੇ ਨਹੀਂ ਚਾਹ ਰਿਆ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਪੁਲਿਸ ਆਪਣਾ ਕੰਮ ਕਰ ਰਹੀ ਉਸ ਨੂੰ ਕੰਮ ਕਰਨ ਦਿੱਤਾ ਜਾਏ ਲੇਕਿਨ ਜੋ ਹੁਣ ਸਾਹਮਣੇ ਆ ਰਿਹਾ ਹੈ ਜਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇੰਟਰਵਿਊਜ਼ ਹੋ ਰਹੇ ਨੇ ਜੇ ਥੋੜੀ ਛਾਪੇ ਮਾਰੀ ਜੇ ਲਾਰੈਂਸ ਬਿਸ਼ਨੋਈ ਦੇ ਉੱਤੇ ਪੰਜਾਬ ਪੁਲਿਸ ਦੀ ਐਨਆਈਏ ਦੀ ਨਜ਼ਰ ਅੜੀ ਸਖਤ ਸੀ ਕਿ ਸੈਂਕੜਾ ਸੈਂਕੜਾ ਹਜ਼ਾਰਾਂ ਹਜ਼ਾਰਾਂ ਛਾਪੇ ਤੁਸੀਂ ਲਾਰੈਂਸ ਬਿਸ਼ਨੋਈ ਦੇ ਟਿਕਾਣਿਆਂ ਤੇ ਮਾਰ ਰਹੇ ਹੋ ਤਾਂ ਥੋੜੀ ਨਜ਼ਰ ਚੋਂ ਇਹ ਗੱਲ ਓਲੇ ਕਿਵੇਂ ਹੋਗੀ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਬੈਠ ਕੇ ਆਪਣੇ ਮੋਬਾਈਲ ਫੋਨ ਜਾਂ ਸਮਾਰਟਫੋਨਸ ਦੇ ਉੱਤੇ ਟੀਵੀ ਚੈ ਵਖਵਿਆਂ ਦੌਰਾਨ ਉਸਨੇ ਦਿੱਤੀਆਂ ਗਈਆਂ ਦੋ ਇੰਟਰਵਿਊਜ਼ ਦੇ ਜ਼ਰੀਏ ਤੁਹਾਡੇ ਸਿਸਟਮ ਦੀ ناکਾਮਯਾਬੀ ਤੇ ਤੁਹਾਡੀ ਮੈਂ ਤਾਂ ਇਸ ਨੂੰ ਨਲਾਇਕੀ ਹੀ ਕਹਾਵਾਂਗਾ ਐਕਸਪੋਜ਼ ਕੀਤਾ ਹੈ ਹੁਣ ਇੱਕ ਬਹੁਤ ਵੱਡਾ ਜਿਹੜਾ ਪੁਆਇੰਟ ਹੈ ਕਿ ਇਸ ਪੂਰੇ ਦੇ ਪੂਰੇ ਘਟਨਾ ਚੱਕਰ ਜਾਂ ਘਟਨਾ ਕ੍ਰਮ ਦੀ ਪੜਤਾਲ ਜਾਂਚ ਕੀ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਲੇਕਿਨ ਇਹ ਜਾਂਚ ਕਰੇਗਾ ਕੌਣ ਹੁਣ ਤੱਕ ਪੰਜਾਬ ਪੁਲਿਸ ਨੂੰ ਇਹ ਜਾਂਚ ਐਫ ਆਈ ਆਰ ਰਜਿਸਟਰ ਕਰਕੇ ਜਾਂ ਫਿਰ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾ ਕੇ ਜਾਂ ਫਿਰ ਈਵਨ ਅਦਾਲਤਾਂ ਵੀ ਇਸ ਚੀਜ਼ ਦਾ ਇੱਕ ਸ਼ੂ ਮੋਟੋ ਨੋਟਿਸ ਲੈ ਸਕਦੇ ਸਨ ਅਕਸਰ ਛੋਟੇ-ਮੋਟੇ ਕੇਸਾਂ ਦੇ ਵਿੱਚ ਸਾਡੀ ਮੰਨਿਓਗ ਅਦਾਲਤਾਂ ਵੀ ਬਹੁਤ ਐਕਟਿਵ ਹੁੰਦੀਆਂ ਨੇ ਤੇ ਨੋਟਿਸ ਲੈ ਕੇ ਗਿਆ ਜਾਂਦੀਆਂ ਨੇ ਤੇ ਜੇਲ੍ਹਾਂ ਡਾਇਰੈਕਟਲੀ ਇਨਸਪੈਕਟਿੰਗ ਜੱਜਾਂ ਦੇ ਦਾਰੇ ਦੇ ਹੇਠ ਹਾਂਦੀਆਂ ਨੇ ਚਾਹੇ ਉਹ ਪੰਜਾਬ ਦੇ ਅਦਾਲਤਾਂ ਹੋਣ ਪੰਜਾਬ ਦੀਆਂ ਜੇਲ੍ਹਾਂ ਹੋਣ ਦਿੱਲੀ ਦੀਆਂ ਜੇਲ੍ਹਾਂ ਹੋਣ ਰਾਜਸਥਾਨ ਦੀਆਂ ਜੇਲ੍ਹਾਂ ਹੋਣ ਲੇਕਿਨ ਹਰ ਜੇਲ੍ਹ ਦੇ ਉੱਤੇ ਇੱਕ ਇਨਸਪੈਕਟਿੰਗ ਚਾਰਜ ਹੁੰਦਾ ਹੈ ਹਾਈ ਕੋਰਟ ਇਸ ਕੇਸ ਦਾ ਸੰਗਿਆ ਲੈ ਸਕਦਾ ਸੀ ਪੰਜਾਬ ਪੁਲਿਸ ਕੇਸ ਦੇ ਪਿਛੇ ਇਨਵੈਸਟੀਗੇਸ਼ਨ ਸ਼ੁਰੂ ਕਰ ਸਕਦੀ ਸੀ ਲੇਕਿਨ ਇਸ ਇੰਟਰਵਿਊ ਦੇ ਪ੍ਰਸਾਰਿਤ ਹੋਣ ਤੋਂ ਬਾਅਦ ਵੀ ਕਈ ਦਿਨ ਤੱਕ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੁੰਦੀ ਰਹੀ ਪੰਜਾਬ ਪੁਲਿਸ ਜਾਂ ਉਹ तमाम ادارے ਜਿਨ੍ਹਾਂ ਨੂੰ ਖੁਦ ਸੂਓ ਮੋਟੋ ਇਸ ਮਾਮਲੇ ਦੀ ਪੜਤਾਲ ਲੈ ਗਿਆਣਾ ਚਾਹੀਦਾ ਸੀ ਇੱਕ ਬੜਾ ਵੱਡਾ ਸ਼ੱਕ ਸਾਡੀ ਸਾਰੀਆਂ ਉਹਨਾਂ ਲਾਅ ਐਨਫੋਰਸਮੈਂਟ ਏਜੰਸੀਆਂ ਦੀ ਭੂਮਿਕਾ ਜੋ ਕਿ ਹੁਣ ਆਪਣਾ ਪੱਲਾ ਛਾੜਨ ਦੀ ਕੋਸ਼ਿਸ਼ ਤਾਂ ਇਸ ਪੂਰੇ ਦੇ ਪੂਰੇ ਘਟਨਾ ਕ੍ਰਮ ਤੋਂ ਕਰ ਰਹੀਆਂ ਨੇ ਲੇਕਿਨ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਦੀ ਗੱਲਬਾਤ ਸਾਹਮਣੇ ਉਭਰੀ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ ਹੁਣ ਇਹ ਮਾਮਲਾ ਜਦੋਂ ਪਹੁੰਚਿਆ ਹੈ ਉਸ ਵਕਤ ਇਹ ਸਾਰੀ ਦੀ ਸਾਰੀ ਜਾਂਚ ਏਜੰਸੀਆਂ ਇਨਕਲੂਡਿੰਗ ਪੰਜਾਬ ਪੁਲਿਸ ਉਸ ਦੇ ਮੁਖੀ ਐਨਆਈਏ ਰਾਜਸਥਾਨ ਪੁਲਿਸ ਦਿੱਲੀ ਪੁਲਿਸ ਇਹ ਸਾਰੇ ਦੇ ਸਾਰੇ ਲੋਕ ਸ਼ੱਕ ਦੇ ਦਾਇਰੇ ਵਿੱਚ ਨੇ ਕਿਉਂਕਿ ਜਿਹੜੇ ਜਿਹੜੇ ਲੋਕਾਂ ਕੋਲ ਵੀ ਲਾਰੈਂਸ ਬਿਸ਼ਨੋਇ ਕਿਸੇ ਵੀ ਸਮੇਂ ਕਿੰਨੀ ਵੀ ਦੇਰ ਲਈ ਰਹਾ ਉਹ ਸਭ ਤੇ ਉੱਤੇ ਇੱਕ ਸ਼ੱਕ ਦੀ ਸੂਈ ਜਾ ਕੇ ਟਿਕਦੀ ਹੈ ਕਿਹੜੇ ਅਫਸਰ ਨੇ ਜਾਂ ਕਿਹੜੇ ਅਧਿਕਾਰੀ ਨੇ ਇਜਾਜ਼ਤ ਦੇ ਕੇ ਜਾਂ ਇੱਕ ਮਿਲੀ ਪੁਗਤ ਕਰਕੇ ਇਸ ਇੰਟਰਵਿਊ ਨੂੰ ਕੰਡਕਟ ਕਰਾਇਆ ਕਿਉਂਕਿ ਮੈਂ ਅੱਜ ਵੀ ਮੰਨਦਾ ਕਿ ਇੱਕ ਗੈਂਗਸਟਰ ਜੇਲ ਦੇ ਵਿੱਚੋਂ ਬੈਠ ਕੇ ਇਸ ਇੰਟਰਵਿਊ ਨੂੰ ਕਟੋ-ਕਟ ਜਿਹੜੀ ਪਹਿਲੀ ਇੰਟਰਵਿਊ ਪਰ ਸਾਰੀ ਥੀ ਜਿਸ ਉੱਤੇ ਜ਼ਿਆਦਾ ਸਵਾਲ ਨਹੀਂ ਦੂਸਰੇ ਇੰਟਰਵਿਊ ਦੇ ਉੱਤੇ ਕਾਟ ਸਵਾਲ ਉੱਠ ਰਹੇ ਨੇ ਉਸ ਦੇ ਸੈਟਅਪ ਨੂੰ ਲੈ ਕੇ ਉਸ ਦੇ ਵਿੱਚੋਂ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਜਿਸ ਤਰੀਕੇ ਦੇ ਨਾਲ ਉਹ ਸਾਰੇ ਕਨਸਰਨਸ ਯਾ ਸਾਰੇ ਜਿਹੜੇ ਪੁਆਇੰਟ ਸੀ ਜਿਹੜੇ ਪਹਿਲੀ ਇੰਟਰਵਿਊ ਦੇ ਵਿੱਚ ਐਡਰੈਸ ਨਹੀਂ ਹੋਏ ਸੀ ਆਪਾਂ ਇਸ ਚੀਜ਼ ਨੂੰ ਬਾਕਾਇਦਾ ਹਾਈਲਾਈਟ ਕੀਤਾ ਸੀ 플ੈਗ ਕੀਤਾ ਸੀ ਉਹ ਸਾਰੇ ਪੁਆਇੰਟਸ ਨੂੰ ਦੂਸਰੀ ਇੰਟਰਵਿਊ ਦੇ ਵਿੱਚ ਬਹੁਤ ਹੀ ਚਲਾਕੀ ਦੇ ਨਾਲ ਐਡਰੈਸ ਕਰਵਾਇਆ ਵੀ ਗਿਆ ਤੇ ਪੋਸੀਬਲੀ ਇਹ ਇੰਟਰਵਿਊ ਪਹਿਲਾਂ ਹੀ ਰਿਕਾਰਡ ਹੋ ਚੁੱਕੀ ਸੀ ਸੋ ਸਵਾਲ ਇਹੀ ਖੜੇ ਹੁੰਦੇ ਨੇ ਕਿ ਹੁਣ ਇਸ ਮਾਮਲੇ ਦੀ ਪੜਤਾਲ ਕੌਣ ਕਰੇਗਾ ਜਾਂ ਸਿਰਫ ਇਸ ਮੁੱਦੇ ਉੱਤੇ ਸਿਆਸਤ ਕਰਕੇ ਸਾਡੀ ਪੋਲੀਟੀਕਲ ਪਾਰਟੀਆਂ ਵੀ ਚੁੱਪ ਬੈਠ ਜਾਣਗੇ ਕਿਉਂਕਿ ਜਿਵੇਂ ਪੋਲੀਟੀਕਲ ਡਿਸਕੋਰਸ ਦੀ ਗੱਲ ਕਰਲਾਂ ਪੋਲਿਟੀਕਲ ਨੈਰੇਟਿਵ ਸਿਰਫ ਇੱਕ ਪਾਸੇ ਤੋੜਾ ਪਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਟਾਲੋ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਹੀਂ ਚਲਾ پا ਰਹੇ ਇੱਕ ਸਾਲ ਹੋ ਰਿਹਾ ਦਾ ਪੂਰਾ ਹੋਇਆ ਹੈ ਉਸੇ ਮੌਕੇ ਦੇ ਉੱਤੇ ਇੰਟਰਵਿਊ ਆ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਕੀ ਹੋ ਰਿਹਾ ਹੈ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਇਹ ਸਾਰੇ ਸਰਕਾਰ ਆਪਣੀ ਥਾਂ ਹੈਗੇ ਨੇ ਲੇਕਿਨ ਇਹ ਜਿਹੜਾ ਇੱਕ ਵਿਸ਼ੇਸ਼ ਘਟਨਾ ਚੱਕਰ ਹੈ ਇੱਕ ਵਿਸ਼ੇਸ਼ ਘਟਨਾ ਕਰਮ ਹੈ ਵਿਸ਼ੇਸ਼ ਸੀਕੁਐਂਸ ਆਫ ਇਵੈਂਟਸ ਹੈ ਜੋ ਕਿ ਬਹੁਤ ਹੀ ਗੰਭੀਰਤਾ ਦੇ ਨਾਲ ਪ੍ਰਤਾਲ ਵੀ ਮੰਗਦਾ ਤੇ ਈਵਨ ਮੀਡੀਆਲੇ ਵੀ ਇੱਕ ਆਤਮ ਚਿੰਤਨ ਦਾ ਇੱਕ ਸੈਲਫ ਇੰਟਰੋਸਪੈਕਸ਼ਨ ਦਾ ਇੱਕ ਬੜਾ ਵੱਡਾ ਸਬਬ ਹੈ ਪੱਤਰਕਾਰ ਸੋਰਸਸ ਜਿਹੜੇ ਹੈਗੇ ਨੇ ਆਪਣੇ ਸੂਤਰ ਜਿਹੜੇ ਹੈਗੇ ਨੇ ਉਹਨਾਂ ਨੂੰ ਗੁਪਤ ਰੱਖ ਸਕਦਾ ਹੈ ਉਹ ਇਨਫੋਰਸਮੈਂਟ ਏਜੰਸੀ ਜੇ ਚਾਹੇ ਵੀ ਤਾਂ ਪੱਤਰਕਾਰ ਕਹਿ ਸਕਦਾ ਕਿ ਮੇਰੇ ਸੋਰਸਸ ਬਹੁਤ ਹੀ ਕਨਫਿਡੈਂਸ਼ੀਅਲ ਨੇ ਮੈਂ ਆਪਣੇ ਸੋਰਸਸ ਬਾਰੇ ਨਹੀਂ ਦੱਸ ਸਕਦਾ ਮੈਂ ਆਪਣੇ ਸੋਰਸਸ ਨੂੰ ਇਨਡੇਂਜਰ ਨਹੀਂ ਕਰ ਸਕਦਾ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਮੇਰੀ ਜਾਣਕਾਰੀ ਸਹੀ ਸੀ ਮੇਰੀ ਇੰਟਰਵਿਊ ਸਹੀ ਹੈ ਸੋ ਦ ਦ ਦ ਸਿਚੁਏਸ਼ਨ ਐਂਡਸ देयर ਲੇਕਿਨ ਪੱਤਰਕਾਰ ਆਪਣੀ ਟਾਈਮਲਾਈਨਸ ਨੂੰ ਲੈ ਕੇ ਜਿਵੇਂ ਜਿਵੇਂ ਆਪਾਂ ਪਹਿਲੀ ਰਿਪੋਰਟ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਆਪਟਿਕਸ ਹੈ ਉਹ ਟਾਈਮਲਾਈਨਸ ਨੂੰ ਬਿਟਰੇ ਨਹੀਂ ਕਰ ਸਕਦੇ ਤੁਸੀਂ ਜਿਹੜੀ ਬੇਸਿਕ ਨਿਊਜ਼ ਡੇਟਲਾਈਨ ਹੈ ਉਸ ਨਿਊਜ਼ ਡੇਟਲਾਈਨ ਦੇ ਪ੍ਰਿੰਸੀਪਲ ਤੋਂ ਜੇ ਹਟਦੇ ਹੋ ਤਾਂ ਤੁਹਾਡੀ ਮਨਸ਼ਾ ਦੇ ਉੱਤੇ ਤੁਹਾਡੇ ਇਰਾਦੇ ਦੇ ਉੱਤੇ ਬੜੇ ਵੱਡੇ ਸਵਾਲ ਆ ਫਿਰ ਤੁਸੀਂ ਪਾਵੇਂ ਜਿੰਨਾ ਮਰਜੀ ਕਲੇਜਾ ਫਾੜ ਕੇ ਕਹਿੰਦੇ ਰਹੋ ਕਿ ਤੁਸੀਂ ਤੁਸੀਂ ਜਨਤਕ ਸਰਕਾਰਾਂ ਨੂੰ ਉਜਾਗਰ ਕਰਨ ਲਈ ਸਿਸਟਮ ਦੀ ਕਮੀਆਂ ਨੂੰ ਐਕਸਪੋਜ਼ ਕਰਨ ਲਈ ਇੰਟਰਵਿਊ ਕੀਤੀ ਤੁਸੀਂ ਜ਼ਿੰਮੇਵਾਰੀ ਦੇ ਨਾਲ ਇੰਟਰਵਿਊ ਕੀਤੀ ਲੇਕਿਨ ਤੁਹਾਡੀ ਇੰਟਰਵਿਊ ਦਾ ਰਿਜ਼ਲਟ ਕੀ ਹੋਇਆ ਉਸ ਦਾ ਅਸਰ ਕੀ ਗਿਆ ਤੇ ਉਸ ਦੇ ਪਿੱਛੇ ਜਿਹੜੇ ਤੱਥ ਨੇ ਇਹ ਜਿਹੜੀ ਕਲੈਰਿਟੀ ਚਾਹੀਦੀ ਆ ਨੇ ਲੋਕਾਂ ਨੂੰ ਜਿਹੜੀ ਟਾਈਮ ਲਾਈਨ ਚਾਹੀਦੀ ਹੈ ਜਿਹੜੀ ਤਰੀਖਾਂ ਚਾਹੀਦੀ ਆ ਨੇ ਤਰੀਖਾਂ ਤੋਂ ਲਾਰੈਂਸ ਬਿਸ਼ਨੋਈ ਮੈਂ ਪਹਿਲਾਂ ਵੀ ਜ਼ਿਕਰ ਇੱਕ ਹੋਰ ਆਪਣੀ ਚਰਚਾ ਦੇ ਵਿੱਚ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਇਹਨਾਂ तमाम ਮਹੀਨਿਆਂ ਦੇ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਇੱਕ ਜਿਹੜਾ ਪਾਲਿਕ ਇੱਕ ਮਿੰਟ ਹੈ ਉਹ ਕੈਮਰੇ ਦੇ ਸਾਹ ਵਿੱਚ ਜਦੋਂ ਇੱਕ ਜੇਲ ਤੋਂ ਦੂਸਰੀ ਜੇਲ ਜੇਲ ਟਰਾਂਸਫਰ ਹੁੰਦਾ ਹੈ ਉਸ ਦੀ ਵੀਡੀਓ ਰਿਕਾਰਡਿੰਗ ਹੁੰਦੀ ਹੈ ਤੇ ਹਰ ਮਿੰਟ ਉਹ ਵੀਡੀਓ ਰਿਕਾਰਡਿੰਗ ਆਨ ਰਹਿਣੀ ਚਾਹੀਦੀ ਹੈ ਇਹ ਮੈਂ ਕੋਰਟ ਡਾਇਰੈਕਸ਼ਨ ਦੀ ਗੱਲ ਕਰ ਰਿਹਾ ਹਾਂ ਅਦਾਲਤ ਦੀ ਡਾਇਰੈਕਸ਼ਨ ਹੈ ਕਿਉਂਕਿ ਲੌਨਸ ਬਿਸ਼ਨੋਈ ਨੇ ਆਪਣੇ ਜਾਨ ਨੂੰ ਖਤਰੇ ਆਪਣੇ ਫੇਕ ਇਨਕਾਊਂਟਰ ਦਾ ਖਾਚਾ ਜਤਾਇਆ ਸੀ ਖੁਦ ਹਰਕੜੀ ਵਿੱਚ ਰਹਿੰਦੀ ਦਰਖਾਸਤ ਜਿਹੜੀ ਸੀ ਉਸ ਨੇ ਖੁਦ ਦਿੱਤੀ ਸੀ ਅਦਾਲਤ ਦੇ ਵਿੱਚ ਉਸ ਨੂੰ ਡਰ ਸੀ ਕਿ ਉਸ ਨੂੰ ਫੇਕ ਇਨਕਾਊਂਟਰ ਦੇ ਵਿੱਚ ਮਾਰਿਆ ਜਾ ਸਕਦਾ ਹੈ ਇਸ ਵਾਸਤੇ ਉਸ ਦੀ ਵੀਡੀਓਗ੍ਰਾਫੀ ਜਿਹੜੀ ਸੀ ਉਸ ਨੂੰ ਮੰਡ ਜੇ ਇਹਨਾਂ ਦੇ ਵਿੱਚ ਉਹਦਾ ਰਿਕਾਰਡ ਹੈ ਸੋ ਪਿਛਲੇ ਇਹਨਾਂ तमाम ਮਹੀਨਾ ਦੇ ਵਿੱਚ ਇੱਕ ਵੀ ਮਿੰਟ ਇੱਕ ਵੀ ਸੈਕਿੰਡ ਅਜਿਹਾ ਨਹੀਂ ਹੈ ਜਦੋਂ ਕਿ ਲਾਰੈਂਸ ਬਿਸ਼ਨੋਈ ਕਿੱਥੇ ਸੀ ਅੱਜ ਤੁਸੀਂ ਗੋਲਡੀ ਬਰਾੜ ਤੋਂ ਲੈ ਕੇ तमाम ਅਜਿਹੇ ਗੈਂਗਸਟਰ ਹੈਗੇ ਨੇ ਅਸ ਡਾਲੇ ਤੇ ਲਖਵੀ ਲੰਡੇ ਤੱਕ ਇਹ ਨਹੀਂ ਕਹਿ ਸਕਦੇ ਕਿ ਕਿਤਨੇ ਵਜੇ ਕਿਸ ਟਾਈਮ ਦੇ ਹੁੰਤੇ ਕਿਹੜੀ ਤਰੀਕ ਨੂੰ ਫਲਾ ਗੈਂਗਸਟਰ ਕਿੱਥੇ ਸੀ ਲੇਕਿਨ ਲਾਰੈਂਸ ਬਿਸ਼ਨੋਈ ਇੱਕ ਅਜਿਹਾ ਗੈਂਗਸਟਰ ਹੈ ਜਿਸ ਬਾਰੇ ਇਹ ਪਤਾ ਕਰਨਾ ਮੁਸ਼ਕਿਲ ਨਹੀਂ ਹੈ ਕਿ ਕਿਸੇ ਤਰੀਕ ਨੂੰ ਕਿੱਥੇ ਸੀ ਤੁਸੀਂ ਚੈਨਲ ਇਸ ਤਰੀਕ ਨੂੰ ਨਸ਼ਰ ਨਹੀਂ ਕਰ ਰਿਹਾ ਇਹਨਾਂ ਤਰੀਕਾਂ ਨੂੰ ਇਨਾ ਟਾਈਮਲਾਈਨ ਨੂੰ ਤੇ ਇਸ ਡੇਟਲਾਈਨ ਨੂੰ ਛੁਪਾਉਣ ਦੀ ਜਿੰਨੀ ਵੀ ਕੋਸ਼ਿਸ਼ ਇਸ ਚੈਨਲ ਜਾਂ ਅਦਾਰੇ ਵੱਲੋਂ ਕੀਤੀ ਜਾ ਰਹੀ ਹੈ ਜਾਂ ਭਵਿਕ ਦੇ ਵੀ ਜੇ ਕੀਤੀ ਜਾਂਦੀ ਹੈ ਉਹ ਨਿੰਦਣਯੋਗ ਹੋਏਗੀ that will not be in the right spirit ਪੱਤਰਕਾਰੀਤਾ ਦੀ ਸਪਿਰਿਟ ਦੇ ਵਿੱਚ ਨਹੀਂ ਹੈ ਪੱਤਰਕਾਰਾਂ ਦੇ ਆਪਣੇ ਹੱਕ ਹੁੰਦੇ ਨੇ ਅਦਾਰਿਆਂ ਦੇ ਆਪਣੇ ਹੱਕ ਹੁੰਦੇ ਨੇ ਆਪਣੇ ਸੋਰਸਸ ਨੂੰ ਮਹਿਫੂਜ਼ ਰੱਖਣਾ ਆਪਣੇ ਸੋਰਸਸ ਨੂੰ ਬਚਾ ਕੇ ਰੱਖਣਾ ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਇਸ ਲਈ ਉਹਨਾਂ ਨੂੰ ਕੋਈ ਫੋਰਸ ਨਹੀਂ ਕਰ ਸਕਦਾ ਲੇਕਿਨ ਇਹ ਮਾਮਲਾ ਥੋੜਾ ਜਿਹਾ ਅੱਗੇ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਘੱਟੋ ਘੱਟ ਇਹ ਜਾਣਕਾਰੀਆਂ ਮਿਲੀਆਂ ਜ਼ਰੂਰੀ ਨੇ ਕਿਉਂਕਿ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪ ਕਲੀਅਰ ਹੁੰਦੀਆਂ ਨੇ ਐਂਡ ਐਸ ਜਰਨਲਿਸਟ ਐਸ ਮੀਡੀਆ ਪਰਸਨਸ ਸਾਡਾ ਕੰਮ ਹੈ ਕਿ ਅਸੀਂ ਇੱਕ ਨਿਆਂਪਸੰਦ ਪ੍ਰਣਾਲੀ ਵਿਵਸਥਾ ਦੇ ਵਿੱਚ ਉਹ ਕੰਮ ਕਰੀਏ ਜਾਂ ਉਹ ਚੀਜ਼ਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆਈਏ ਜਿਸ ਦੇ ਨਾਲ ਅਸਲੀਅਤ ਪਤਾ ਲੱਗੇ ਸੱਚ ਲੋਕਾਂ ਦੇ ਸਾਹਮਣੇ ਆਏ ਤੱਥ ਸਾਹਮਣੇ ਆਣ ਨਾ ਕਿ ਸੰਸੇ ਕ੍ਰੀਏਟ ਹੋਣ ਤੇ ਇਸੇ ਨੁਕਤੇ ਉੱਤੇ ਇਸ ਰਿਪੋਰਟ ਨੂੰ ਵਿਰਾਮ ਦੇਣ ਦਾ ਵੀ ਸਮਾਂ ਹੁਣ ਹੋ ਚੱਲਿਆ ਹੈ ਇਸ ਉਮੀਦ ਦੇ ਨਾਲ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਇੱਕ ਸਹੀ ਜਾਂਚ ਕਰਾਏਗੀ ਜਿਸ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ ਇਸ ਘਟਨਾ ਚੱਕਰ ਦੇ ਉੱਤੇ ਪਰਦਾ ਪਾਉਣ ਦੀ ਤੇ ਮੈਂ ਇਸ ਚੀਜ਼ ਨੂੰ ਕਹਿਣ ਦੇ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ ਕਿ ਪੰਜਾਬ ਪੁਲਿਸ ਦੇ ਡੀਜੀਪੀ ਖੁਦ ਆਪਣੀ ਬੇਸਿਕ ਜ਼ਿੰਮੇਵਾਰੀ ਤੋਂ ਪਿੱਛੇ ਹਟਦੇ ਹੋਏ ਨਜ਼ਰ ਆ ਰਹੇ ਨੇ which has been very unfortunate ਪੰਜਾਬ ਪਹਿਲਾ ਅਜਿਹਾ ਤੇ ਵਾਹਦ ਅਜਿਹਾ ਰਾਜ ਸੀ ਜਿਸ ਦੀ ਕਸਟਡੀ ਵਿੱਚ ਲਾਰੈਂਸ ਬਿਸ਼ਨੋਈ ਹੋਣ ਦੇ ਕਾਰਨ ਉਹਨਾਂ ਨੂੰ ਇਸ ਕੇਸ ਦੇ ਵਿੱਚ ਫੌਰੀ ਤੌਰ ਤੇ ਐਫਆਈਆਰ ਰਜਿਸਟਰ ਕਰਕੇ ਪੜਤਾਲ ਕਰਨੀ ਚਾਹੀਦੀ ਸੀ ਉਹਨਾਂ ਨੇ ਨਹੀਂ ਕੀਤੀ ਪੱਲੇ ਝਾੜੇ ਤਸਵੀਰਾਂ ਦਿਖਾਈਆਂ ਅਜ ਤਿੱਥੀ ਉਹਨਾਂ ਦੇ ਸਾਹਮਣੇ ਦੂਜੀ ਹੈ ਪੋਸੀਬਲ ਹੈ ਕਿ ਰਿਪੋਰਟ ਆਨ ਤੱਕ ਕੋਈ ਕਾਰਵਾਈ ਹੋ ਚੁੱਕੀ ਹੋਏ ਲੇਕਿਨ ਗੱਲਬਾਤ ਸਿਰਫ ਉਥੋਂ ਤੱਕ ਨਹੀਂ ਰੁਕਦੀ ਇਹ ਜ਼ਿੰਮੇਵਾਰੀ ਤੇ ਹੋਣੀ ਚਾਹੀਦੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਵਕਤ ਕੇਅਰਫੁਲੀ ਦੇਖਣ ਦੀ ਲੋੜ ਹੈ ਕਿ ਕੀ ਇੱਕ ਕਾਰਜਕਾਰੀ ਡੀਜੀਪੀ ਪੰਜਾਬ ਦੇ ਐਡੇ ਕ੍ਰਿਟੀਕਲ ਸੂਬੇ ਲਈ ਸਫੀਸ਼ੀਐਂਟ ਹੈ ਪੰਜਾਬ ਲਈ ਇੱਕ ਪੱਕਾ ਡੀਜੀਪੀ ਚਾਹੀਦਾ ਹੈ ਬੇਸ਼ੱਕ ਉਹ ਖੁਦ ਗੌਰਵ ਯਾਦਵ ਹੋਣ ਤੇ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਹੈ ਇਹਦਾ तमाम ਮਹੀਨਾ ਦੌਰਾਨ ਕੀ ਸਿਰਫ ਖਬਰਾਂ ਦੀ ਸੁਰਖੀਆਂ ਬਣਾਉਣ ਲਈ ਕਾਰਵਾਈਆਂ ਕੀਤੀਆਂ ਗਈਆਂ ਨੇ 1.5 ਲੱਖ ਛਾਪੇ ਲਾਰੈਂਸ ਬਿਸ਼ਨੂਏ ਤੇ ਮਾਰੇ ਗਏ ਨੇ ਕਿ ਵਾਕਈ ਜ਼ਮੀਨ ਦੇ ਉੱਤੇ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਆਪਣੀ ਆਪਣੀ ਸੈਂਸੇਰਿਟੀ ਦੇ ਨਾਲ ਇਸ ਪੁਲਿਸ ਦੇ ਮੁਖੀ ਨੇ ਕੀਤੀ ਇਸ ਤੋਂ ਪਹਿਲਾਂ ਅਸੀਂ ਵੀ ਕੇ ਪਾਬਰਾ ਨੂੰ ਬੜੇ ਅਨਸੈਰੇਮੋਨਸ ਤਰੀਕੇ ਦੇ ਨਾਲ ਇੱਕ ਰਾਕਟ ਲਾਂਚਰ ਚੱਲਦਾ ਹੈ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਇੱਕ ਅਜਿਹਾ ਸਿਸਟਮ ਜਾਂ ਬਣਦਾ ਹੈ ਉਸ ਤੋਂ ਬਾਅਦ ਹਟਾਤਾ ਜਾਂਦਾ ਜਦੋਂ ਕਿ ਉਹ ਚੁਣੇਗਾ ਯੂਪੀਸੀ ਪੈਨਲ ਬਲੂ ਚੁਣੇਗਾ ਡੀਜੀਪੀ さん ਲੇਕਿਨ ਆਫੀਸ਼ੀਏਟਿੰਗ ਡੀਜੀਪੀ ਅੱਜ ਆਪਣੀ ਕੁਰਸੀ ਤੇ ਅਹੁਦੇ ਤੇ ਚਲਦੇ ਆ ਰਹੇ ਹੈਗੇ ਨੇ ਪੰਜਾਬ ਦਾ ਇੱਕ ਪੱਕਾ ਡੀਜੀਪੀ ਨਹੀਂ ਲੱਗ ਸਕਿਆ ਹੈ ਇਸ ਦੌਰਾਨ ਇੱਕ ਤੋਂ ਬਾਅਦ ਇੱਕ ਵੱਡੀ ਵਾਰਦਾਤ ਹੋਈ ਹੈ ਤੇ ਆ ਜੋ ਕੁਝ ਹੋ ਰਿਹਾ ਹੈ ਡਿਸਪਾਈਟ ਦਾ ਫੈਕਟ ਕਿ ਬੈਸਟ ਆਫ ਜਿਹੜਾ ਅਲਰਟ ਹੈ ਪੰਜਾਬ ਦੇ ਵਿੱਚ ਵਿਦ ਰਿਗਾਰਡ ਟੂ ਲਾਰੈਂਸ ਬਿਸ਼ਨੂਈ ਹੈ ਬਹੁਤ ਹੀ ਮੰਦਪਾਗਾ ਹੈ ਸੋ ਇਸ ਸਿਆਸ ਦੇ ਨਾਲ ਕਿਸ ਕੇਸ ਦੇ ਵਿੱਚੋਂ ਕਾਰਵਾਈ ਹੋਏਗੀ ਐਂਡ ਦਾ ਹੈਡਸ ਥੈਟ ਨੀਡ ਟੂ ਬੀ ਰੋਲ ਸ਼ੁੱਡ ਰੋਲ ਬਹੁਤ ਬਤਾਨਦਸ ਰਿਪੋਰਟ ਨੂੰ ਵੇਖ ਲਈ ਇੱਕ ਹੋਰ ਰਿਪੋਰਟ ਲੈ ਕੇ ਛੇਤੀ ਮਿਲਾਂਗਾ